ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਇੱਕ ਬਹੁਤ ਹੀ ਪਾਕ ਅਤੇ ਪਵਿੱਤਰ ਦਿਨ ਆ। ਜੇ ਮੈਂ ਸਿੱਖਾਂ ਲਈ ਕਹਾਂ ਤਾਂ ਮੈਂ ਸਾਰੀ ਮਾਨਵਤਾ ਨਾਲ ਧੋਖਾ ਕਰ ਰਿਹਾ ਹੋਊਂਗਾ ਜੇ ਮੈਂ ਕਹਾਂ ਕਿ ਸਿੱਖਾਂ ਲਈ ਪਵਿੱਤਰ ਦਿਨ, ਅਤੇ ਸਾਰੀ ਮਾਨਵਤਾ ਲਈ, ਮਨੁੱਖਤਾ ਲਈ, ਇਸ ਪੂਰੀ ਸ੍ਰਿਸ਼ਟੀ ਲਈ ਬੜਾ ਪਵਿੱਤਰ ਦਿਨ ਹੈ ਜੇ ਸਮਝੇ ਤਾਂ ਕੋਈ। ਨਾ ਸਮਝਣ ਤਾਂ ਕੁਝ ਸਿੱਖ ਵੀ ਨਹੀਂ ਸਮਝ ਰਹੇ, ਸਮਝਣ ਤਾਂ ਫਿਰ ਗੈਰ ਸਿੱਖ ਵੀ ਸਮਝ ਰਹੇ ਇਸ ਗੱਲ ਨੂੰ। ਉਹ ਦਿਨ ਤੁਸੀਂ ਜਾਣਦੇ ਆ ਬਹੁਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼। ਪਹਿਲਾ ਪ੍ਰਕਾਸ਼ ਮਤਲਬ ਕਈਆਂ ਨੂੰ ਸਮਝ ਨਹੀਂ ਆਉਂਦੇ, ਉਹ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਤਾਰ ਧਾਰਿਆ ਸੀ ਕਿ ਉਹਨਾਂ ਦਾ ਵੀ ਪ੍ਰਕਾਸ਼ ਪੁਰਬ, ਅਸੀਂ ਪਹਿਲਾ ਪ੍ਰਕਾਸ਼ ਕਹਿੰਦੇ ਹਾਂ। ਮਤਲਬ ਕਿ ਉਹਨਾਂ ਦਾ ਦਰਬਾਰ ਸਾਹਿਬ 'ਚ ਪਹਿਲੀ ਵਾਰੀ ਪ੍ਰਕਾਸ਼ ਹੋਇਆ ਸੀ, ਜਦੋਂ ਹਜੇ ਗੁਰਤਾਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮਿਲੀ ਸੀ। ਪਰ ਬਾਣੀ ਇਕੱਤਰ ਕਰਕੇ ਬਹੁਤ ਵੱਡਾ ਕਾਰਜ ਸੀਗਾ, ਜਿਹੜਾ ਕਿ ਆਪਣੇ ਆਪ 'ਚ ਛੋਟਾ ਕਾਰਜ ਨਹੀਂ ਸੀਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰਨਾ। ਇਹ ਤੁਹਾਨੂੰ ਫਿਰ ਪਤਾ ਲੱਗਦਾ ਆ ਕਿੱਡਾ ਕਾਰਜ ਸੀਗਾ, ਜਦੋਂ ਤੁਸੀਂ ਪਤਾ ਕਰਦੇ ਆ ਜਿਹੜੇ ਵਿੱਚ ਮਹਾਂਪੁਰਖ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਵਾਨ ਆ ਬਾਣੀ ਰੂਪ 'ਚ, ਉਹ ਕਿੱਥੋਂ ਕਿੱਥੋਂ ਆ, ਕੋਈ ਮਹਾਰਾਸ਼ਟਰ ਤੋਂ ਆ, ਕੋਈ ਕਿੱਥੋਂ ਆ, ਕੋਈ ਕਿੱਥੋਂ ਆ, ਕੋਈ ਬਨਾਰਸ ਤੋਂ ਆ, ਕੋਈ ਅੱਜ ਕੱਲ੍ਹ ਪਾਕਿਸਤਾਨ 'ਚ, ਹੈ ਨਾ, ਕੋਨੇ ਕੋਨੇ ਦੇਸ਼ ਦੇ 'ਚੋਂ। ਫਿਰ ਪਤਾ ਲੱਗਦਾ ਉਸ ਵੇਲੇ ਵਿੱਚ ਉਹਨਾਂ ਦੀ ਬਾਣੀ ਇਕੱਤਰ ਕਰਨਾ ਛੋਟਾ, ਜੇ ਅੱਜ ਵੀ ਕਰਨੀ ਹੋਵੇ ਤਾਂ ਸੌਖਾ ਕੰਮ ਨਹੀਂ, ਉੱਥੇ ਉੱਥੇ ਜਾ ਕੇ ਤਾਂ ਉਸ ਵੇਲੇ ਕੀਤਾ ਇਹ ਕਾਰਜ। ਅਤੇ ਉਹ ਕੰਮ ਛੋਟਾ ਨਹੀਂ ਸੀ, ਗੁਰੂ ਸਾਹਿਬ ਨੇ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਨੇ, ਬਾਕੀ ਸਾਰਾ ਕੁਝ ਮੈਂ ਕਹੂੰਗਾ ਕਿ ਇੱਕ ਪਾਸੇ ਰੱਖ ਕੇ ਇਹ ਕਾਰਜ ਕੀਤਾ। ਇਹਦੀ ਲੋੜ ਨੂੰ ਸਮਝਦਿਆਂ ਹੋਇਆਂ ਸਾਡੇ ਸਾਰਿਆਂ 'ਤੇ ਤਰਸ ਕੀਤਾ, ਲੰਘ ਗਈਆਂ ਨਸਲਾਂ 'ਤੇ ਵੀ, ਹੁਣ ਦੀਆਂ ਵੀ, ਤਾਂ ਆਉਣ ਵਾਲੀਆਂ 'ਤੇ ਵੀ, ਜਦ ਤੱਕ ਧਰਤੀ ਆ। ਤਾਂ ਅੱਜ ਦੀ ਵੀਡੀਓ 'ਚ ਕੋਈ ਜਾਣਕਾਰੀ ਮੁਹੱਈਆ ਕਰਵਾਉਣ ਨੂੰ ਨਹੀਂ, ਜਾਂ ਕਿ ਕੋਈ ਕਿਸੇ ਗੱਲ 'ਤੇ ਇਤਿਹਾਸਕ ਖਾਸ ਇਤਿਹਾਸਕ ਗੱਲ ਕਰਨ ਲਈ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤਾਂ ਪ੍ਰਕਾਸ਼ ਪੁਰਬ ਦੀ ਤੁਹਾਨੂੰ ਵਧਾਈ ਦੇਣ ਲਈ ਮੈਂ ਇਹ ਵੀਡੀਓ ਪਾ ਰਿਹਾ। ਦੂਜੀ ਗੱਲ ਇੱਕ ਕੀ ਕਹਾਂ, ਸੁਨੇਹਾ ਦੇਣ ਨੂੰ, ਜਾਂ ਕਹਿ ਲਓ ਇੱਕ ਬੇਨਤੀ ਕਰਨ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨ ਨੂੰ ਤੁਹਾਨੂੰ ਮੈਂ ਇੱਕ ਆਵਾਜ਼ ਮਾਰਨ ਨੂੰ ਇਹ ਵੀਡੀਓ ਪਾ ਰਿਹਾ। ਅਤੇ ਉਹਦੇ ਵਿੱਚ ਹੋਰ ਉਹ ਤੋਂ ਇਲਾਵਾ ਮੈਂ ਕੁਛ ਨਹੀਂ, ਹੈ ਨਾ, ਇਹਦੇ ਵਿੱਚ ਕਰ ਰਿਹਾ, ਕਿਉਂਕਿ ਮੇਰਾ ਖਿਆਲ ਆ ਕਿ ਅੱਜ ਜਿਹੜੀ ਹਾਲਾਤ ਹੋ ਚੁੱਕੀ ਹੈ ਨਾ ਆਲੇ ਦੁਆਲੇ, ਚਾਹੇ ਉਹ ਕਿਸੇ ਵੀ ਮਜ਼ਹਬ ਦਾ ਬੰਦਾ ਆ, ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਕਿਸੇ ਵੀ ਜਾਤੀ ਦਾ ਬੰਦਾ ਆ, ਕਿਸੇ ਵੀ ਸਥਾਨ ਨਾਲ ਜੁੜਿਆ, ਕਿਤੇ ਵੀ ਰਹਿਣ ਵਾਲਾ ਆ, ਹਰ ਕੋਈ ਇੰਨਾ ਕੁ ਉਲਝਿਆ ਪਿਆ ਆ, ਇੰਨੀ ਕੁ ਤਾਣੀ ਉਲਝ ਗਈ ਆ ਕਿ ਜਿਹੜੀ ਸੁਸਾਈਡ ਦੀ ਜਿਹੜੀ ਉਹ ਆ ਨਾ ਲੜੀ, ਆਪਣੇ ਆਪ ਨੂੰ ਖਤਮ ਕਰਨ ਵਾਲਿਆਂ ਦੀ ਜਿਹੜੀ ਸੂਚੀ ਆ ਉਹ ਰੋਜ਼ ਲੰਬੀ ਹੋਈ ਜਾ ਰਹੀ ਆ ਪੂਰੀ ਦੁਨੀਆ ਦੇ ਵਿੱਚ। ਇੰਨੀ ਕੁ ਪਹਿਲਾਂ ਕਿਤੇ ਸਾਡੀ ਸੁਰਤੀ ਵਿੱਚ ਹੀ ਪਹਿਲਾਂ ਜਿਹੜੀ ਖਬਰ ਕਿਤੇ ਕਿਤੇ ਸੁਣਨ ਨੂੰ ਮਿਲਦੀ ਸੀ ਤਾਂ ਹੈਰਾਨ ਵੀ ਬਹੁਤ ਕਰਦੀ ਸੀ, ਉਹ ਅੱਜ ਇੰਨੀ ਆਮ ਹੋ ਗਈ ਆ ਕਿ ਜੇ ਤੁਸੀਂ ਕਿਸੇ ਦਿਨ ਇੰਟਰਨੈਟ ਨਾ ਖੋਲੋ, ਉਸ ਦਿਨ ਤੁਸੀਂ ਸਿਰਫ ਬਚੋਗੇ ਸੁਸਾਈਡ ਦੀ ਖਬਰ ਤੁਹਾਡੇ ਕੰਨ ਨਾ ਸੁਣਨ ਜਾਂ ਅੱਖਾਂ ਪੜ੍ਹਨ, ਨਹੀਂ ਤਾਂ ਜਿਸ ਦਿਨ ਤੁਸੀਂ ਚਲਾ ਰਹੇ ਆ ਸੋਸ਼ਲ ਮੀਡੀਆ, ਇੱਦਾਂ ਹੋ ਹੀ ਨਹੀਂ ਸਕਦਾ ਕੋਈ ਸੁਸਾਈਡ ਦੀ ਖਬਰ ਇਸ ਤਰ੍ਹਾਂ ਦੀ, ਤੁਸੀਂ ਸਿਰਫ ਸੁਸਾਈਡ ਦੀ ਨਹੀਂ, ਉਹਦੇ ਵਿੱਚ ਰੇਪ ਦੀਆਂ ਖਬਰਾਂ ਵੀ ਆ, ਬਹੁਤ ਕੁਝ ਆ, ਠੀਕ ਆ ਨਾ। ਅਤੇ ਉਹ ਸਾਰਾ ਕਿਉਂਕਿ ਮਨੁੱਖ ਅੰਦਰੋਂ ਇੰਨਾ ਫਰਸਟ੍ਰੇਟਡ ਹੋ ਚੁੱਕਾ ਆ, ਪਰੇਸ਼ਾਨ ਹੋ ਚੁੱਕਾ ਆ, ਨੀਮ ਪਾਗਲ ਹੋ ਚੁੱਕੇ ਆ ਸਾਰੇ, ਕਿਸੇ ਨੂੰ ਸ਼ੁਦਾਈ ਨੂੰ ਤਾਂ ਸ਼ੁਦਾਈ ਕਹਿੰਦੇ ਵੀ ਚਲੋ ਬਾਬਰਾ ਹੋ ਗਿਆ, ਆਪਣਾ ਤਵਾਜਨ ਗਵਾ ਬੈਠਾ, ਮਾਨਸਿਕ ਹਰ ਬਾਹਰੋਂ ਮਾਨਸਿਕ ਤੌਰ 'ਤੇ ਸੰਤੁਲਿਤ ਦਿਖਣ ਵਾਲਾ ਬੰਦਾ ਵੀ ਨੀਮ ਪਾਗਲ ਆ, ਠੀਕ ਆ ਨਾ। ਅਤੇ ਉਹਦਾ ਮਤਲਬ ਇਹ ਹੋਇਆ ਕਿ ਉਹਦਾ ਕਾਰਨ ਇਹ ਹੋਇਆ ਕਿ ਆਤਮਾ ਕਮਜ਼ੋਰ ਹੋ ਗਈ, ਇੰਨੀ ਸਿੱਧੀ ਸਿੱਧੀ ਗੱਲ ਕਰਾਂ, ਅਤੇ ਖਾਣੇ ਇੰਨੇ ਇਜਾਦ ਕਰ ਲਏ ਇਸ ਜੀਵ ਦੇ ਸਵਾਦ ਲਈ, ਪਹਿਲਾਂ ਗਿਣੇ ਚੁਣੇ ਪਕਵਾਨ ਹੁੰਦੇ ਹੋਣਗੇ ਕਿਸੇ ਸਮੇਂ, ਅੱਜ ਕੋਈ ਹੱਦ ਨਹੀਂ ਗਈ, ਇੰਨੀਆਂ ਰੈਸਪੀਆਂ, ਇੰਨੇ ਪਕਵਾਨ, ਮਤਲਬ ਕਿ 36 ਪਦਾਰਥ ਕਹਿੰਦੇ ਸੀ, ਮੈਂ ਕਹਿੰਦਾ 36 ਲੱਖ ਹੋ ਗਏ ਹੋਣੇ ਆ, ਤਾਂ ਵੀ ਘਟਿਆ ਗਿਣਤੀ, ਇੰਨੇ ਕੁ ਪਕਵਾਨ ਹੋ ਗਏ ਆ। ਤੋ ਵੱਖਰੇ ਵੱਖਰੇ
ਲੋਕਾਂ ਦੇ ਵੱਖਰੇ ਵੱਖਰੇ ਖਾਣੇ ਆ ਪਕਵਾਨ, ਪਰ ਆਤਮਾ ਦੀ ਖੁਰਾਕ ਉਹ ਬਹੁਤੀ ਤਰ੍ਹਾਂ ਦੀ ਨਹੀਂ ਹੋ ਸਕਦੀ ਹੁੰਦੀ, ਉਹ ਇੱਕ ਹੀ ਹੁੰਦੀ ਆ ਬਸ, ਉਸ ਵਾਹਿਗੁਰੂ ਦਾ ਨਾਮ, ਉਸ ਵਾਹਿਗੁਰੂ ਦੀ ਸਿਫਤ ਸਲਾਹ, ਮਨ ਦੀ ਖੁਰਾਕ, ਉਹਨੇ ਤਕੜਾ ਹੁੰਦਾ ਉਹ। ਤੇ ਉਹ ਇੱਕ ਸੀਗੀ ਤਾਂ ਉਹ ਸਰੀਰ ਲਈ ਇੰਨਾ ਇੰਨੇ ਉਪਚਾਰ ਕੀਤੇ ਇਸ ਜੀਵ ਦੇ ਸਵਾਦ ਲਈ, ਆਤਮਾ ਨੂੰ ਜਿਹੜੀ ਇੱਕ ਚਾਹੀਦੀ ਸੀ ਉਹ ਵੀ ਨਹੀਂ ਦਿੱਤੀ, ਇਸ ਕਰਕੇ ਉਹ ਇੰਨੀ ਕਮਜ਼ੋਰ ਹੋ ਗਈ, ਸਰੀਰ ਬਲਵਾਨ ਵਿੱਚ ਆਤਮਾ ਮਨ ਇੰਨਾ ਕਮਜ਼ੋਰ ਹੋ ਗਿਆ। ਉਹ ਲਈ ਫਿਰ ਆਮ ਗੱਲ ਸੀ ਇੱਦਾਂ ਦੇ ਥੋਟ, ਛੋਟੀ ਛੋਟੀ ਗੱਲ ਤੇ ਸੋਚਣੇ ਕਿ ਆਪਣੇ ਆਪ ਨੂੰ ਖਤਮ ਕਰ ਲਿਆ ਜਾਵੇ। ਉਹਨੇ ਵੱਡੀਆਂ ਜੰਗਾਂ ਕੀ ਲੜਦੀਆਂ ਸੀ ਜੀਵਨ ਦੀਆਂ, ਉਹ ਇਹ ਸਮੱਸਿਆਵਾਂ ਦੀਆਂ, ਮੁਸੀਬਤਾਂ ਦੀਆਂ ਛੋਟੀਆਂ ਛੋਟੀਆਂ ਝੜਪਾਂ 'ਚ ਹੀ ਸਰੈਂਡਰ ਕਰ ਦਿੰਦਾ, ਹੱਥ ਖੜੇ ਕਰ ਦਿੰਦਾ, ਮਰਨੇ ਦਾ ਫੈਸਲਾ ਕਰ ਲੈਂਦਾ। ਮਰਨੇ ਦਾ ਮਤਲਬ ਹੈ ਉਸ ਲੜਾਈ ਤੋਂ ਭੱਜ ਖੜੇ ਹੋਣਾ, ਪਿੱਠ ਦਿਖਾ ਜਾਣੀ, ਠੀਕ ਹੈ ਨਾ। ਹਾਲਾਂਕਿ ਕੋਈ ਹੱਲ ਨਹੀਂ, ਰੂਹਾਨੀਅਤ ਕਹਿੰਦੀ ਹੈ ਮਰਨਾ ਕੋਈ ਹੱਲ ਨਹੀਂ, ਕਿਉਂਕਿ ਸਰੀਰ ਨੂੰ ਖਤਮ ਕਰ ਲੈਂਦੇ ਹਾਂ, ਆਪਣੇ ਵੱਲੋਂ ਸਮਝਦੇ ਹਾਂ ਕਿ ਸੁਰਖਰੂ ਹੋ ਜਾਂਦੇ ਹਾਂ, ਪਰ ਇਹਦੇ 'ਚ ਨਾ ਤਾਂ ਪਰਿਵਾਰ ਵਾਲਾ ਕੋਈ ਤੁਹਾਡੇ ਜਾਣਨ ਵਾਲੇ ਸੁਰਖਰੂ ਹੁੰਦੇ ਆ, ਉਹਨਾਂ ਲਈ ਤਾਂ ਮੁਸੀਬਤ ਹੈ ਹੀ। ਰੂਹਾਨੀਅਤ ਕਹਿੰਦੀ ਆ, ਪਰਮਾਰਥ ਕਹਿੰਦਾ ਆ, ਕਿ ਅਧਿਆਤਮਵਾਦ ਕਹਿੰਦਾ ਕਿ ਆਤਮਾ ਨੂੰ ਵੀ ਆਪਾਂ ਉਹਦੇ ਨਾਲ, ਕਿਉਂਕਿ ਇੱਕ ਵਗ ਦੇ ਪਾਣੀ 'ਚ ਸੋਟੀ ਮਾਰਦੇ ਹਾਂ ਆਪਾਂ, ਆਤਮਾ ਲਈ ਵੀ ਕਹਿੰਦੇ ਅਸੀਂ ਮੁਸੀਬਤਾਂ ਹੀ ਖੜੀਆਂ ਕਰਦੇ ਹਾਂ, ਹੋਰ ਉਤੋਂ ਸਰੀਰ ਵੀ ਖੋਲ੍ਹਿੰਦੇ ਹਾਂ ਮੁਸੀਬਤਾਂ ਨਾਲ ਲੜਨੇ ਦਾ, ਜਿਹੜਾ ਇੱਕ ਜ਼ਰੀਆ ਹੁੰਦਾ ਉਹਦੇ ਕੋਲ, ਕਾਰਨ ਵੀ ਹੁੰਦਾ ਮੁਸੀਬਤਾਂ ਦਾ ਪਰ ਜ਼ਰੀਆ ਵੀ ਹੁੰਦਾ। ਖੈਰ ਆਪਾਂ ਗਹਿਰੇ ਨਾ ਉਤਰੀਏ, ਮੇਰੀ ਇਹ ਕੋਸ਼ਿਸ਼ ਰਹੂਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਅਰਜਨ ਦੇਵ ਜੀ ਨੇ ਸਾਡੇ 'ਤੇ ਉਹ ਅਹਿਸਾਨ ਕੀਤਾ ਜਿੱਥੇ ਉਹਨਾਂ ਨੇ ਕੋਈ ਇਹ ਨਹੀਂ ਰੱਖਿਆ, ਕੋਈ ਬੈਰੀਅਰ ਨਹੀਂ ਸੀਗਾ ਧਰਮ ਦਾ, ਮਜ਼ਹਬ ਦਾ, ਜਾਤੀ ਦਾ, ਕੌਮ ਦਾ, ਨਸਲ ਦਾ, ਕੋਈ ਭੇਦਭਾਵ ਨਹੀਂ। ਹਾਂ, ਬੋਲੀ ਦਾ ਇੱਕ ਹੈ, ਕਿਉਂਕਿ ਇੱਕ ਸਕ੍ਰਿਪਟ ਹੁੰਦੀ ਹੈ ਤੁਹਾਡੇ ਕੋਲ, ਹੈ ਨਾ, ਇੱਕ ਹੀ ਭਾਸ਼ਾ, ਭਾਸ਼ਾਵਾਂ ਬਹੁਤ ਆ ਗੁਰੂ ਗ੍ਰੰਥ ਸਾਹਿਬ ਵਿੱਚ, 15 ਤੋਂ ਵੀ ਵਧੀਕ ਆ ਵਿਦਵਾਨ ਕਹਿੰਦੇ ਆ, ਪਰ ਸਕ੍ਰਿਪਟ ਗੁਰੂ ਸਾਹਿਬ ਨੇ ਗੁਰਮੁਖੀ ਚੁਣਿਆ, ਉਹ ਬੈਰੀਅਰ ਹੈ ਤੁਹਾਡੇ 'ਤੇ, ਤੁਸੀਂ ਗੁਰਮੁਖੀ ਸਕ੍ਰਿਪਟ ਪੜ੍ਹੀ ਤਾਂ ਅੰਗਰੇਜ਼ੀ 'ਚ ਵੀ ਜਾਂਦੇ ਆ, ਹਿੰਦੀ 'ਚ ਵੀ ਜਾਂਦੇ ਆ ਸਾਰੇ, ਪਰ ਨਹੀਂ ਅਸਲੀ ਅਰਥਾਂ ਵਿੱਚ ਉਤਰਨਾ ਗੁਰੂ ਗ੍ਰੰਥ ਸਾਹਿਬ ਦੇ, ਤਾਂ ਤੁਹਾਨੂੰ ਗੁਰਮੁਖੀ ਹੀ ਸਿੱਖਣੀ ਪਵੇਗੀ, ਤਾਂ ਕੋਈ ਦੂਸਰਾ ਰਸਤਾ ਨਹੀਂ ਹੈ ਉਹ, ਕਿਉਂਕਿ ਬਹੁਤੇ ਜਿਹੜੇ ਅਰਥ ਆ ਉਹ ਤੁਹਾਨੂੰ ਪਤਾ ਹੀ ਗੁਰਮੁਖੀ ਪੜ੍ਹ ਕੇ ਲੱਗਣੇ, ਉੱਦਾਂ ਪ੍ਰੋਨਾਉਂਸੇਸ਼ਨ ਬਹੁਤ ਅਹਿਮ ਚੀਜ਼ ਆ, ਤਾਂ ਉਹ ਤੁਸੀਂ ਸ਼ਬਦ ਨੂੰ ਉਸ ਭਾਸ਼ਾ 'ਚ ਪ੍ਰੋਨਾਉਂਸ ਹੀ ਨਹੀਂ ਕਰ ਸਕਦੇ ਪੜ੍ਹਦਿਆਂ ਹੋਇਆਂ, ਹਿੰਦੀ 'ਚ ਜਾਂ ਇੰਗਲਿਸ਼ ਵਿੱਚ ਖਾਸ ਕਰਕੇ, ਜੋ ਗੁਰਮੁਖੀ 'ਚ ਕਰ ਸਕਦੇ ਹਾਂ, ਕਿਉਂਕਿ ਇੰਗਲਿਸ਼ ਇਹਦੇ ਮੁਕਾਬਲੇ ਬਹੁਤ ਅਧੂਰੀ ਭਾਸ਼ਾ ਆ, ਠੀਕ ਹੈ ਨਾ, ਤਾਂ ਬਹੁਤ ਘੱਟ ਅੱਖਰ ਆ ਉਹਦੇ ਵਿੱਚ, ਇਸ ਕਰਕੇ ਇਹ ਤਾਂ ਹੈ ਕਿ ਭਾਸ਼ਾ ਤੁਸੀਂ ਇਹ ਜਾਣੋਗੇ, ਨਹੀਂ ਤਾਂ ਉੱਦਾਂ ਕੋਈ ਨਹੀਂ। ਇਹਦੇ ਵਿੱਚ ਸਾਂਝੀਵਾਲਤਾ ਦੀ ਗੱਲ ਆ, ਸਾਰਿਆਂ ਦੇ ਮਸਲਿਆਂ ਦੇ ਹੱਲ ਆ। ਮੈਂ ਤਾਂ ਇਹ ਤੁਸੀਂ ਸਾਰੇ ਜਾਣਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਲੇ ਸਿੱਖ ਤਾਂ ਹੈ ਹੀ, ਸਿੱਖ ਤਾਂ ਚਲੋ ਘੱਟ ਹੋਣਗੇ ਮੈਨੂੰ ਲੱਗਦਾ ਭਾਵੇਂ, ਪਰ ਗੈਰ ਸਿੱਖ ਉਹ ਬਹੁਤ ਜ਼ਿਆਦਾ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆ, ਗੈਰ ਸਿੱਖ ਬਹੁਤ ਜਿਹੜੇ ਰੋਜ਼ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਨਿਯਮ ਨਾਲ ਦਹਾਕਿਆਂ ਤੋਂ ਮੱਥਾ ਟੇਕਦੇ, ਸਾਰੀ ਉਮਰ ਜਿਨ੍ਹਾਂ ਨੂੰ ਹੋ ਗਈ, ਉੱਥੇ ਬੈਠਦੇ ਆ, ਸਵੇਰੇ ਪ੍ਰਕਾਸ਼ ਦੇ ਟਾਈਮ ਤੋਂ ਲੈ ਕੇ ਕੀਰਤਨ ਸੁਣਦੇ ਆ, ਸ਼ਾਮ ਨੂੰ ਹਾਜ਼ਰ ਹੁੰਦੇ ਆ, ਰੋਜ਼ਾਨਾ ਕੁਛ ਮਿਲਦਾ ਹੋਊਗਾ ਤਾਂ ਜਾਂਦੇ ਆ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਖੀਰ 'ਚ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਥਾਲ ਵਿੱਚ 3 ਵਸਤੂ ਪਈ ਹੋ, ਸਤਸੰਗ ਦੁੱਖ ਵਿਚਾਰੋ। ਉਹ ਇੱਕ ਥਾਲ ਤਿਆਰ ਕੀਤਾ ਕਹਿੰਦੇ ਭੋਜਨ ਦਾ, ਮੈਂ ਪਹਿਲਾਂ ਵੀ ਕੁਛ ਵੀਡੀਓ 'ਚ ਇਹ ਗੱਲ ਅਕਸਰ ਕਰਦਾ ਕਿ ਥਾਲ ਇਸ ਤਰ੍ਹਾਂ ਦਾ ਤਿਆਰ ਕੀਤਾ ਜਿਹੜਾ ਸਾਰਿਆਂ ਲਈ ਆ, ਭੋਜਨ ਭੋਜਨ ਕਿਤੇ ਤਿਆਰ ਕੀਤਾ ਜਾਂਦਾ, ਮਤਲਬ ਲੰਗਰ 'ਚ ਗੁਰੂ ਘਰ ਦੇ 'ਚ, ਜਿੱਦਾਂ ਗੁਰੂ ਘਰ ਦਾ ਵਿਧਾਨ ਹੈ ਨਾ, ਕੋਈ ਵੀ ਆਵੇ ਲੰਗਰ 'ਚ, ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ, ਕੋਈ ਆਵੇ, ਤੂੰ ਪੁੱਛਦਾ ਕਦੀ ਕੌਣ ਆ ਤੂੰ, ਬਈ ਭਾਈ ਤੈਨੂੰ ਆਹ ਸਬਜ਼ੀ ਨਹੀਂ ਦੇਣੀ, ਇਹਨੂੰ ਆਹ ਪ੍ਰਸ਼ਾਦੇ ਨਹੀਂ ਦੇਣੇ, ਤਾਂ ਇਹਨੂੰ ਦਹੀਂ ਨਹੀਂ ਦੇਣਾ, ਇਹਨੂੰ ਲੱਸੀ ਨਹੀਂ ਦੇਣੀ, ਇਹ ਇਹਦਾ ਪੁੱਛਦਾ ਕੋਈ ਉੱਥੇ? ਲੰਗਰ ਆ ਮਤਲਬ ਲੰਗਰ ਆ, ਸਾਰੇ ਪੰਗਤ 'ਚ ਬੈਠੇ ਤਾਂ ਉਹ ਸੰਗਤ ਆ, ਪੰਗਤ ਆ, ਬਸ ਇੱਕੋ ਜਿਹਾ ਵਰਤੂ ਹੈ। ਇੱਦਾਂ ਹੀ ਸ਼ਬਦ ਦਾ ਲੰਗਰ ਆ, ਸ਼ਬਦ ਦੇ ਲੰਗਰ ਦੀ ਬਹੁਤ ਘੱਟ ਗੱਲ ਕੀਤੀ ਗਈ, ਉਹ ਵੀ ਸਾਰਿਆਂ ਲਈ ਉਨਾ ਹੀ ਸਮਾਨ। ਉਹਨਾਂ ਨੇ ਜਾਣ ਲਿਆ ਜਿਨ੍ਹਾਂ ਨੇ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸਮੱਸਿਆ ਇਹ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਤਾਂ ਟੇਕਦੇ ਰਹੇ,
ਪੜ੍ਹਨਾ ਛੱਡ ਗਏ ਜਾਂ ਪੜ੍ਹਨਾ ਸ਼ੁਰੂ ਹੀ ਨਹੀਂ ਕੀਤਾ, ਨਹੀਂ ਤਾਂ ਕੋਈ ਨੌਬਤ ਨਾ ਆਉਂਦੀ। ਕਮ ਸੇ ਕਮ ਸਿੱਖਾਂ ਵਿੱਚ ਤਾਂ ਇਹ ਬੰਦੇ ਨਹੀਂ ਹੋਣੇ ਚਾਹੀਦੇ ਸੀ ਜਿਹੜਾ ਜਿਹੜੇ ਗੁਰੂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ, ਕੋਈ ਸ਼ੱਕ ਨਹੀਂ, ਪਰ ਸਿੱਖਾਂ ਦੇ ਤਾਂ ਗੁਰੂ ਆ। ਗੁਰੂ ਸਾਰਿਆਂ ਦੇ ਵੀ ਹੋ ਸਕਦੇ ਆ, ਪਰ ਸਿੱਖਾਂ ਦੇ ਤਾਂ ਪਹਿਲਾਂ ਗੁਰੂ ਆ ਸਭ ਤੋਂ, ਸਮਝੇ ਨਾ। ਅਤੇ ਮਤਲਬ ਦੁਨੀਆ ਨੂੰ ਸਿੱਖਾਂ ਦੇ ਗੁਰੂ ਕਰਕੇ ਜਾਣਦੀ ਹੈ ਨਾ, ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਆ, ਹੈ ਸਭ ਦੇ ਸਾਂਝੇ। ਸਿੱਖਾਂ ਵਿੱਚ ਤਾਂ ਨਹੀਂ ਬੰਦੇ ਚਾਹੀਦੇ ਸੀ ਜਿਹੜੇ ਫਰਸਟ੍ਰੇਟਡ ਹੋ ਕੇ ਸੁਸਾਈਡ ਕਰਨ ਜਾਂ ਇੱਦਾਂ ਕੁਛ, ਇੱਦਾਂ ਦਾ ਤਾਣਾ ਉਲਝ ਜੇ, ਆਪੇ ਤੋਂ ਬਾਹਰ ਹੋਣ, ਲੜਾਈਆਂ ਝਗੜਿਆਂ 'ਚ ਬੜਾ ਕੁਛ। ਕਿਉਂ ਹੋ ਗਏ ਬੰਦੇ ਸਿੱਖਾਂ 'ਚ? ਕਿਉਂਕਿ ਸਿੱਖਾਂ ਨੇ ਪੜ੍ਹਿਆ ਹੀ ਨਹੀਂ। ਹਾਲੇ ਗੈਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ, ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਆਪਣੀਆਂ ਦੁਕਾਨਾਂ ਖੋਲੀਆਂ, ਸ਼ਬਦ ਦੀ ਗੱਲ ਕਰਨ ਦਾ ਢੌਂਗਰ ਚਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਰਤੇ, ਮੱਥੇ ਖੁਦ ਨੂੰ ਟਿਕਾਏ, ਗੱਦੀਆਂ ਆਪਣੀਆਂ ਚਲਾਈਆਂ, ਠੀਕ ਆ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਸਥਾਨ ਤੱਕ ਨਹੀਂ ਲੱਭਦਾ। ਇੱਦਾਂ ਦੇ ਬਹੁਤ ਸਾਰੇ ਪੰਜਾਬ 'ਚ ਤਾਂ ਪੰਜਾਬ ਤੋਂ ਬਾਹਰ ਡੇਰੇ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨਾਂ ਨੂੰ ਰਟੀ ਪਈ ਆ। ਇੱਕ ਬੰਦਾ ਕਹਿੰਦਾ ਮੈਂ ਕਿਤੇ ਗਿਆ ਇੱਧਰਾਂ ਦੇ ਕਿਤੇ ਡੇਰੇ 'ਚ, ਕਹਿੰਦਾ ਸਿੱਖ ਮੈਂ ਹਾਂ, ਕਹਿੰਦਾ ਸ੍ਰੀ ਸਾਹਿਬ ਮੈਂ ਭਾਈ। ਉੱਥੇ ਕਿਸੇ ਬੰਦੇ ਨਾਲ ਕਹਿੰਦਾ ਵਿਚਾਰ ਹੋਈ ਕਿਸੇ ਬਾਬੇ ਦੇ ਸਾਧ ਦੇ ਚੇਲੇ ਨਾਲ ਜਿਹੜੇ ਕਿ ਸਿੱਖ ਨਹੀਂ ਸੀ। ਕਹਿੰਦਾ ਉਹਨੇ ਇੱਦਾਂ ਇੱਦਾਂ ਦੀਆਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਨਾਂ ਦਿੱਤੀਆਂ ਮੈਨੂੰ ਕਿ ਮੈਨੂੰ ਗੱਲ ਨਹੀਂ ਆਉਣ ਦਿੱਤੀ। ਕਹਿੰਦਾ ਮੈਂ ਸ਼ਰਮਿੰਦਾ ਵੀ ਹੋਇਆ, ਪਛਤਾਵਾ ਵੀ ਹੋਇਆ ਕਿ ਗੁਰੂ ਸਾਡੇ ਆ, ਅਸੀਂ ਕੌਣ ਹੈ? ਅਤੇ ਗੁਰਬਾਣੀ ਦੀਆਂ ਉਦਾਹਰਨਾਂ ਕਿਉਂਕਿ ਅਸੀਂ ਪੜ੍ਹੀ ਨਹੀਂ, ਉਹਨਾਂ ਨੇ ਪੜ੍ਹ ਲਈ ਆ, ਉਹਨਾਂ ਆਪਣੀਆਂ ਦੁਕਾਨਾਂ ਚਲਾ ਲਈਆਂ। ਇੱਕ ਬੜੇ ਮਤਲਬ ਢਾਂਚਾ ਤਿਆਰ ਕੀਤਾ ਉਹਨਾਂ ਨੇ ਸਾਰਾ, ਕਿ ਕਿੱਥੇ ਕਿਤੇ ਬਾਣੀ ਦੀ ਗੱਲ ਕਰਕੇ ਕਿੱਦਾਂ ਉਲਝਾਉਣਾ ਕਿਸੇ ਨੂੰ, ਸਾਰੇ ਕੰਮ ਅਕਲ ਨਾਲ ਹੀ ਹੁੰਦੇ ਆ ਨਾ। ਅਤੇ ਇਹੀ ਕਹਿੰਦਾ ਖੁਦ, ਅੱਜ ਪ੍ਰਕਾਸ਼ ਆ ਨਾ ਮਹਾਰਾਜ ਦਾ, ਸਾਲ ਬਾਅਦ ਮੁੜ ਕੇ ਆਉਣਾ, ਇੱਕ ਪ੍ਰਣ ਕਰ ਲਓ। ਕਦੀ ਵੀ ਜਿਹਨੇ ਨਹੀਂ ਪੜ੍ਹਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕਦੀ ਨਹੀਂ ਕੀਤਾ, ਇਹ ਪਹਿਲਾਂ ਵਹਿਮ ਕੱਢ ਦਿਓ ਕਿ ਮੇਰੇ ਕੇਸ ਨਹੀਂ ਹੈਗੇ, ਕਿਉਂਕਿ ਬਹੁਤ ਧੱਕੇ ਮਾਰੇ ਜਾਂਦੇ ਮੈਨੂੰ ਪਤਾ ਸਾਨੂੰ। ਚਲੋ ਅਸੀਂ ਤਾਂ, ਮੈਂ ਤਾਂ ਹੈਗਾ ਸਾਬਤ ਸੂਰ, ਗੁਰਦੁਆਰਿਆਂ ਵਿੱਚ ਤਿਰਸਕਾਰਿਆ ਜਾਂਦਾ, ਮੋਨੇ ਆ ਜਿਹੜੇ ਸਿਰੋਂ ਦਾੜੀ ਕੱਟੀ ਆ ਉਹਨਾਂ ਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ। ਕਈ ਥਾਂ ਇਹ ਵੀ ਸੁਣਿਆ ਜੀ ਇਹ ਤਾਂ ਮੋਨਾ ਬੰਦਾ, ਕਹਿੰਦੇ ਤੂੰ ਉਹਨੂੰ ਇਹ ਮਨਾ ਕਰਤਾ ਕਿਸੇ ਨੇ, ਕਹਿੰਦੇ ਤੂੰ ਮਹਾਰਾਜ ਦਾ ਸਰੂਪ ਸਿਰ 'ਤੇ, ਉਹਨੇ ਆਪਣੇ ਘਰ ਨੂੰ ਮਹਾਰਾਜ ਦੇ ਸਵਾਰੇ ਲਿਜਾਣੇ ਸੀ, ਘਰੇ ਪ੍ਰੋਗਰਾਮ ਸੀ, ਤੂੰ ਕਹਿੰਦੇ ਕਰ ਨਹੀਂ ਸਕਦਾ ਸਿਰ 'ਤੇ ਸਵਾਰ, ਤੂੰ ਮੋਨਾ ਹੈ। ਉਹ ਆਜੂ ਸਿੱਖੀ 'ਚ ਬੰਦਾ ਜਿਹਨੂੰ ਗੁਰਦੁਆਰੇ ਵਿੱਚ ਇੱਦਾਂ ਦੁਰਕਾਰ ਦਿਓਗੇ, ਉਹ ਤਾਂ ਪਹਿਲਾਂ ਹੀ ਮੋਨਾ ਆ, ਤਲਾਂਜਲੀ ਦੇ ਚੁੱਕਾ, ਪਾਤੇ ਤਾਂ ਚਲੋ, ਮਤਲਬ ਬੰਦਾ ਹੀ ਆ ਵੀ, ਹੋ ਸਕਦਾ ਤੁਹਾਡੇ ਨਾਲ ਵੱਧ ਬਾਣੀ ਪੜ੍ਹਦਾ ਹੋਵੇ। ਮੈਂ ਕਿਸੇ ਇਸ ਚੀਜ਼ ਨੂੰ ਬੜਾਵਾ ਨਹੀਂ ਦੇ ਰਿਹਾ ਕਿ ਕੇਸ ਕਤਲ ਕਰਾਓ, ਜੇ ਕੋ ਪਹਿਲੀ ਤਾਂ ਰਹਿ ਤੀ, ਪਹਿਲੀ ਇਹ ਆਸ ਹੁਕਮ ਸਿੱਖ ਲਈ ਕੇਸ ਕੇਸਾਧਾਰੀ ਹੋਵੇ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ, ਇਹ ਗੁਰੂ ਨਾਨਕ ਸਾਹਿਬ ਨੇ, ਬਾਬਾ ਮਰਦਾਨਾ ਜੀ ਨੂੰ ਇਹ ਪਹਿਲਾਂ ਹੁਕਮ ਕੀਤਾ ਸੀ ਕਿ ਕੇਸ ਨਹੀਂ ਕਤਲ ਕਰਾਉਣੇ, ਉੱਥੋਂ ਮਰਿਆਦਾ ਚੱਲਦੀ। ਤੋ ਇਹ ਤਾਂ ਹੈ ਕਿ ਰੱਖੂਗਾ, ਸਿੱਖੀ ਜਾਊਗਾ, ਪਰ ਜਿਹੜਾ ਪਤਿਤ ਹੋ ਗਿਆ ਆ, ਜੇ ਪਿੱਛੇ ਆ ਕੁਝ ਪੌੜੀਆਂ ਅੱਗੇ ਵਧਣਾ ਉਹਨੇ, ਉਹਦੀ ਸੰਭਾਵਨਾ ਰੱਦ ਕਿਉਂ ਕਰ ਦੋਗੇ? ਉਹਨੂੰ ਇੱਦਾਂ ਦੁਰਕਾਰ ਕੇ ਉਹ ਪਿੱਛੇ ਹੀ ਜਾਊਗਾ, ਇਸ ਗੱਲ 'ਤੇ ਮੋਹਰ ਲਾ ਦੋ ਕਿ ਅੱਗੇ ਆਊਗਾ ਹੀ ਨਹੀਂ ਉਹ। ਤੋ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਇਹ ਤੁਹਾਨੂੰ ਕਲੀਅਰ ਕਰਦਾ, ਚਾਹੇ ਕੋਈ ਸਿਰੋਂ ਮੋਨਾ ਜਾਂ ਸਹਿਜਧਾਰੀ ਆ ਕੁਛ ਆ, ਗੁਰਬਾਣੀ ਤਾਂ ਸਾਰਿਆਂ ਲਈ ਆ। ਹੁਣ ਦੇਖੋ ਅਸੀਂ ਸਾਰਿਆਂ ਦੇ ਸਾਂਝੇ ਗੁਰੂ ਕਹਿੰਦੇ ਹਾਂ ਤਾਂ ਸਿੱਖ ਹੀ ਆ, ਕਿ ਲੇਕਿਨ ਇਹਨਾਂ 'ਚ ਕੇਸਾਂ ਦੀ ਇੰਨੀ ਮਹਾਨਤਾ, ਬਾਕੀ ਤਾਂ ਮਤਲਬ 'ਚ ਕੇਸ ਕੱਟੇ ਜਾਂਦੇ ਆ, ਫਿਰ ਉਹਨਾਂ ਦੇ ਕਿੱਦਾਂ ਹੋਏ ਗੁਰੂ ਗ੍ਰੰਥ ਸਾਹਿਬ ਜੀ, ਉਹ ਹੈ ਨਾ ਕੇਸ ਕੱਟਣੇ ਵਾਲਾ ਪੜ੍ਹ ਹੀ ਨਾ ਸਕਦਾ ਹੋਇਆ? ਤਾਂ ਇਹ ਸਭ ਤੋਂ ਪਹਿਲਾਂ ਫਿਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਅੰਦਰ ਸਿੱਖੀ ਤੁਹਾਡੇ ਬੀਜ ਬੀਜਣਾ ਆ, ਬਾਣੀ ਨੇ ਤਾਂ ਤੁਹਾਨੂੰ ਅੰਦਰੋਂ ਬਦਲ ਦੇਣਾ, ਵੀ ਤੁਹਾਡਾ ਮਨ ਕੇਸ ਕੱਟਣ ਨੂੰ ਵੀ ਨਹੀਂ ਕਰਨਾ, ਦਾੜਾ ਵੀ ਤੁਸੀਂ ਪ੍ਰਕਾਸ਼ ਕਰ ਲੈਣਾ, ਅੰਮ੍ਰਿਤ ਵੀ ਤੁਸੀਂ ਛਕ ਲੈਣਾ, ਹੈ ਨਾ। ਅਤੇ ਗੁਰੂ ਗ੍ਰੰਥ ਸਾਹਿਬ ਸਭ ਦੇ ਆਏ ਨੂੰ ਗੱਲ ਨੂੰ ਮੰਨ ਲਓ, ਹਾਂ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਦੀ, ਅਤੇ ਕਿ ਆਪਾਂ ਸੁੱਚੇ ਕੱਪੜੇ ਪਾ ਕੇ, ਮੈਂ ਉਹਦੇ 'ਤੇ ਬਹੁਤ ਵਾਰੀ ਗੱਲਾਂ ਕਰ ਚੁੱਕਾ, ਤੁਸੀਂ ਵੀਡੀਓ ਚਲੋ ਥੱਲੇ ਹੀ ਆ ਚੈਨਲਾਂ 'ਤੇ ਪਈਆਂ, ਤੁਸੀਂ ਲੱਭ ਲਿਓ ਟਾਈਟਲ ਤੋਂ ਪਤਾ ਲੱਗ ਜਾਂਦਾ ਸਾਨੂੰ ਕਿਹੜੀ ਵੀਡੀਓ ਕਿਸ ਬਾਰੇ ਆ, ਤਾਂ ਉਹ ਤੁਸੀਂ ਦੇਖਿਓ ਵੀਡੀਓ। ਗੁਰੂ ਗ੍ਰੰਥ ਸਾਹਿਬ ਦੇ ਪਾਠ ਸਹਿਜ ਪਾਠ ਕਰਨ ਲਈ ਮੈਂ ਵਿਸ਼ੇਸ਼ ਦੋ ਤਿੰਨ ਵੀਡੀਓ ਸਹਿਜ ਪਾਠ ਕਰਨ 'ਤੇ ਕੀਤੀਆਂ, ਕਿ ਸਾਨੂੰ ਕਰਨਾ ਕੀ ਚਾਹੀਦਾ, ਮਰਿਆਦਾ ਉਹਦੀ ਕੀ ਹੋਣੀ ਚਾਹੀਦੀ ਆ ਘਰ ਵਿੱਚ ਕਰਨ ਵਾਸਤੇ, ਉਹਦੇ ਵਾਸਤੇ ਮੈਂ ਇਸ ਕਰਕੇ ਗੱਲ ਨਹੀਂ ਕਰਾਂਗਾ। ਬਸ ਇਹ ਕਹਾਂਗਾ, ਜਿਹੜੀ ਗਿਆਨੀ ਪਿੰਦਰਪਾਲ ਜੀ ਅਕਸਰ ਗੱਲ ਕਰਦੇ ਆ,
ਉਹ ਕਹਿੰਦੇ ਕਿ ਤੁਸੀਂ ਜਿਨ੍ਹਾਂ ਨੇ ਕਦੀ ਦਰਸ਼ਨ ਨਹੀਂ ਕੀਤਾ, ਇੱਕ ਉਦਮ ਕਰੋ, ਇੱਕ ਵਾਰ ਤਾਂ ਦਰਸ਼ਨ ਕਰ ਲਓ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ। ਕਹਿਣ ਜੋਗੇ ਤਾਂ ਹੋ ਜਾਈਏ, ਜਿਹਨੂੰ ਮੈਂ ਮੱਥਾ ਟੇਕਦਾ, ਮੈਂ ਪੂਰਾ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੁਦ। ਇਹੀ ਕਾਰਨ ਹੋਇਆ ਪਿਛਲੇ ਸਮੇਂ 'ਚ ਪ੍ਰਚਾਰਕਾਂ ਨੇ ਇੱਕ ਨੈਗੇਟਿਵ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ 'ਤੇ ਹਵਾਲੇ ਦੇ ਕੇ ਗਲਤ ਅਰਥ ਕਰਕੇ ਹਨੇਰੀ ਲਿਆਤੀ ਉਸ ਪ੍ਰਚਾਰ ਦੀ। ਗੁਰੂ ਗ੍ਰੰਥ ਸਾਹਿਬ 'ਚ ਉਦਾਹਰਣ ਦੇ ਕੇ ਗੁਰੂ ਗ੍ਰੰਥ ਸਾਹਿਬ ਨਾਲ ਹੀ ਤੋੜਤੀ ਸ਼ਰਧਾ। ਇਹਦੇ ਵਿੱਚ ਕੌਣ ਫਸੇ? ਜਿਨ੍ਹਾਂ ਨੇ ਪੜ੍ਹਿਆ ਨਹੀਂ ਸੀ ਉਹ ਬਚੇ, ਜਿਨ੍ਹਾਂ ਨੇ ਖੁਦ ਪੜ੍ਹਿਆ ਸੀ ਅਰਥਾਂ ਸਾਹਿਤ, ਉਹਨਾਂ ਨੂੰ ਪਤਾ ਸੀ ਕਿ ਇੱਥੇ ਆ ਬੰਦਾ ਘਪਲਾ ਕਰ ਰਿਹਾ। ਜਿੱਦਾਂ ਮੰਨ ਲਓ ਉਦਾਹਰਣ ਦੇ ਵਜੋਂ, ਮੈਂ ਡਰ ਬਿਲਕੁਲ ਡਰਦਾ ਨਹੀਂ ਹੁੰਦਾ ਇੱਦਾਂ ਦੇ ਬੰਦੇ ਨਾਲ ਲੈਣ ਨੂੰ, ਜਿਹੜਾ ਗਲਤ ਅਰਥ ਕਰ ਰਿਹਾ। ਢੱਡਰੀਆਂ ਵਾਲਾ ਹੁੰਦਾ ਹੋ ਗਿਆ, ਪੰਥ ਪ੍ਰੀਤ ਹੋ ਗਿਆ, ਇਹ ਬੰਦੇ ਸਿੱਖੀ ਬਾਣੇ ਦੇ ਵਿੱਚ ਜਿਹੜੇ ਸੱਪ ਸੀਗੇ ਸਰਕਾਰੀ ਜਾਂ ਪਤਾ ਨਹੀਂ ਕਿਹਨਾਂ ਕਿਹਨਾਂ ਦੇ ਏਜੰਸੀਆਂ ਦੇ, ਕਿਹਨਾਂ ਨੇ ਛੱਡੇ ਹੋਏ, ਇਹਨਾਂ ਨੇ ਜੋ ਨੁਕਸਾਨ ਕੀਤਾ, ਜਿੱਦਾਂ ਨੇ ਹਾਸੋਹੀਣੇ ਅਰਥ ਕੀਤੇ ਸੀਗੇ ਕਿ ਪਰਮਗਤ ਦੇ। ਕਹਿੰਦਾ ਪਰਮਗਤ ਮਤਲਬ ਕਿ ਮਨ ਦੀ ਸਪੀਡ, ਉਹਦਾ ਬੜਾ ਮਜ਼ਾਕ ਵੀ ਬਣਿਆ। ਹੁਣ ਜਿਹਨੇ ਪੜ੍ਹਿਆ ਸੀ ਉਹਨਾਂ ਨੇ ਉਹਦਾ ਹਾਸਾ ਉਡਾਇਆ, ਦੂਜਿਆਂ ਨੇ ਤਾਂ ਕਿਹਾ ਹੋਣਾ ਕਿਉਂਕਿ ਇੱਕ ਉਹ ਵੀ ਸੀ ਉਹਦੇ ਮੂਹਰੇ ਬੈਠ ਕੇ ਸੁਣਨੇ ਵਾਲੇ, ਜੀ ਕਿਆ ਅਰਥ ਕਰ ਦਿੱਤੇ ਆ, ਉਹ ਵਿਚਾਰੇ ਸੀਗੇ ਕਿਉਂਕਿ ਉਹਨਾਂ ਨੇ ਪੜ੍ਹਿਆ ਨਹੀਂ ਹੋਣਾ। ਜਿਹਨਾਂ ਪੜ੍ਹੇ ਸੀ ਅਰਥ ਉਹ ਇਸ ਗੱਲ 'ਤੇ ਹੱਸੇ ਵੀ ਕਿੰਨੀ ਡਿਗੇ ਮਿਆਰ ਦੀ, ਕਿੰਨੀ ਪਾਗਲਾਂ ਵਾਲੀ ਗੱਲ ਕਰ ਰਿਹਾ। ਸ਼ਾਇਦ ਕੋਈ ਥੋੜ੍ਹਾ ਜਿਹਾ ਪਾਗਲ ਹੋਵੇ ਨਾ, ਥੋੜ੍ਹਾ ਜਿਹਾ ਪਾਗਲ, ਉਹ ਵੀ ਇਸ ਗੱਲ ਨੂੰ ਜਿਹੜੀ ਮਾੜੀ ਜਿਹੀ ਸੁਰਤੀ ਬਿਰਤੀ ਕਾਇਮ ਆ 2%, ਉਹ ਵੀ ਜਾਣਦਾ ਹੋਊ ਕਿ ਪਰਮਗਤ ਕਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਜਗ੍ਹਾ ਜਗ੍ਹਾ ਕਿਹਾ। ਤਾਂ ਪੜ੍ਹਿਆ ਹੋਊਗਾ ਤਾਂ ਕੋਈ ਗੁੰਮਰਾਹ ਨਹੀਂ ਕਰ ਸਕੂਗਾ ਤੁਹਾਨੂੰ। ਅਰਥ ਬਹੁਤ ਸਾਰੇ ਟੀਕੇ ਅੱਜ ਮਿਲ ਜਾਂਦੇ, ਅੱਜ ਤਾਂ ਫੋਨ ਵਿੱਚ ਹੀ ਸਾਰਾ ਕੁਝ ਆ, ਪਰ ਅਵੋਇਡ ਕਰਨਾ ਚਾਹੀਦਾ ਫੋਨ 'ਚੋਂ ਪੜ੍ਹਨੇ ਤੋਂ, ਮੇਰਾ ਖਿਆਲ ਆ। ਫਿਰ ਗੁਰੂ ਸਾਹਿਬ ਨੇ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ। ਪੋਥੀ ਤਾਂ ਕਿਹਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਮਿਲੀ ਸੀ ਉਸ ਵੇਲੇ, ਪੋਥੀ ਸਾਹਿਬ ਪਹਿਲਾਂ ਕਹਿੰਦੇ ਸੀਗੇ, ਫਿਰ ਹੌਲੀ ਹੌਲੀ ਨਾਮ ਜੁੜਿਆ ਆਦਿ ਗ੍ਰੰਥ ਸਾਹਿਬ ਕਹਿਣ ਲੱਗੇ। ਤਾਂ ਉਹ ਬਾਣੀ ਦੀ ਪੋਥੀ ਗੁਰੂ ਸਾਹਿਬ ਨੇ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਠੀਕ ਆ ਨਾ, ਇਹੀ ਆ ਪਰਮੇਸ਼ਰ ਜੀ ਦਾ ਵਾਸਾ ਇਹਦੇ ਵਿੱਚ, ਸੋ ਥਾਨ ਸੁਹਾਵਾ, ਇਹੀ ਥਾਨ ਆ ਉਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਉਸ ਨਿਰੰਕਾਰ ਬਾਹੋ ਬਾਣੀ ਨਿਰੰਕਾਰ ਹੈ ਕਹਿਤਾ, ਮੇਰਾ ਖਿਆਲ ਇਹ ਤੋਂ ਅੱਗੇ ਕੁਛ ਵੀ। ਸੋ ਅਖੀਰ ਤਾਂ ਇੰਨਾ ਕਹਿਣਾ, ਇੱਕ ਤਿਆ ਕਰ ਲਓ, ਕਦੀ ਨਹੀਂ ਚਾਹੇ ਪਾਠ ਕੀਤਾ, ਅਰਦਾਸ ਕਰਕੇ ਸ਼ੁਰੂ ਹੋਵੇ। ਇਹ ਗੁਰਮੁਖੀ ਦੇ ਉਹੀ ਅੱਖਰ ਆ ਜਿਹਨਾਂ 'ਚ ਤੁਸੀਂ ਵਿੱਦਿਆ ਸਕੂਲੋਂ ਪ੍ਰਾਪਤ ਕੀਤੀ ਆ, ਪੜ੍ਹੀ ਆਏ, ਇਹ ਸਾਰੇ ਜਾਣਦੇ ਆਪਾਂ। ਕੋਈ ਹੋਊਗਾ ਹਜ਼ਾਰਾਂ 'ਚ ਜਿਹਨੂੰ ਪੰਜਾਬੀ ਗੁਰਮੁਖੀ ਵੀ ਨਹੀਂ ਪੜ੍ਹਨੀ ਆਉਂਦੀ? ਹਾਂ, ਬਾਣੀ ਵੱਖਰੀ ਆ, ਬਾਣੀ ਦਾ ਵਿਆਕਰਨ ਵੱਖਰਾ ਆ, ਪਰ ਫਿਰ ਵੀ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਆਊਗਾ। ਨਾਲ ਕੰਨਾਂ 'ਚ ਲਗਾ ਲਵੋ, ਸਹਿਜ ਪਾਠ ਸਾਰਾ ਯੂਟਿਊਬ 'ਤੇ ਮਿਲ ਜਾਂਦਾ, ਨਾਲ ਕੰਨਾਂ 'ਚ ਲਵਾ ਲਵੋ, ਤੁਸੀਂ ਏਅਰਫੋਨ ਨਾਲ ਨਾਲ ਪੜ੍ਹੀ ਜਾਓ, ਦਰਸ਼ਨ ਕਰੀ ਜਾਓ, ਕੋਈ ਔਖਾ ਨਹੀਂ ਗਾ ਜੇ ਨੀਯਤ ਹੋਵੇ, ਜੇ ਨੀਯਤ ਰਾਸ ਕਰੇ ਹੈ ਨਾ, ਪੈਣ ਲੱਗ ਗਏ। ਤਾਂ ਇਸ ਤਰ੍ਹਾਂ ਕਰਕੇ ਗਿਆਨੀ ਪਿੰਦਰਪਾਲ ਜੀ ਕਹਿੰਦੇ ਆ ਕਿ ਜੇ ਤੁਸੀਂ ਰੋਜ਼ ਇੱਕ ਅੰਗ ਵੀ ਕਰੋ ਨਾ ਮਹਾਰਾਜ ਸਾਹਿਬ ਦਾ ਇੱਕ ਅੰਗ, ਤੇ 4 ਸਾਲਾਂ 'ਚ ਪਾਠ ਹੋ ਜਾਂਦਾ ਸਹਿਜ ਪਾਠ। ਇੱਕ ਅੰਗ ਬਹੁਤ ਘੱਟ ਆ, ਹਾਲਾਂਕਿ ਕੋਈ ਕਿੰਨਾ ਵੀ ਸ਼ੁਰੂਆਤੀ ਹੋਵੇ, ਉੱਥੇ ਜੇ 4 ਅੰਗ ਕਰੋ ਜੋ ਕਿ ਉਹ ਵੀ ਬਹੁਤ ਘੱਟ ਆ, ਪਰ ਸ਼ੁਰੂਆਤ ਲਈ 4 ਅੰਗ ਕਰੋ ਤਾਂ 1 ਸਾਲ ਵਿੱਚ, ਮੰਨ ਲਓ ਅੱਜ ਤੋਂ ਜਾਂ ਕੱਲ੍ਹ ਤੋਂ ਹੀ ਤੁਸੀਂ ਸਹਿਜ ਪਾਠ ਰੱਖਦੇ ਆ ਤੇ ਰੋਜ਼ ਦੇ 4 ਅੰਗ ਵੀ ਪੜ੍ਹਦੇ ਆ, ਤੇ 1 ਸਾਲ ਜਦੋਂ ਨੂੰ ਮੁੜ ਕੇ ਇਹ ਪੁਰਬ ਆਉਣਾ ਪਹਿਲੇ ਪ੍ਰਕਾਸ਼ ਵਾਲਾ, ਤੇ ਤੁਹਾਡਾ ਸਹਿਜ ਪਾਠ ਪੂਰਾ ਹੋ ਜਾਣਾ। ਪਰ ਇਹ ਬਹੁਤ ਇੰਨੇ ਸਮੇਂ 'ਚ ਤਾਂ ਤੁਸੀਂ ਜੇ ਕਰਨ ਲੱਗ ਪਏ ਤੁਸੀਂ 2-3 ਪਾਠ ਕਰ ਜਾਓਗੇ ਬਹੁਤ ਹੌਲੀ, ਕਿਉਂਕਿ 4 ਅੰਗ ਬਹੁਤ ਘੱਟ ਆ। ਤੁਸੀਂ ਪਹਿਲੇ ਦਿਨ ਪੜ੍ਹੋਗੇ, ਦੂਜੇ ਦਿਨ ਹੋਰ ਸਰਲ ਤੁਸੀਂ ਫਿਰ 8-10 ਅੰਗ ਆਰਾਮ ਨਾਲ ਪੜ੍ਹਨ ਲੱਗ ਪੈਣਾ। ਪਰ ਸ਼ੁਰੂ ਕਰਨ ਲਈ ਕਹਿੰਦਾ ਇਹ ਮਿਥ ਸਕਦੇ ਕਿ ਸਾਲ ਨੂੰ ਭੋਗ ਪਾਉਣਾ, ਇਹ ਕਰੋ ਫਿਰ ਫਾਇਦਾ ਹੈ ਗੁਰਪੁਰਬ ਮਨਾਏ ਦਾ। ਅਗਲੇ ਗੁਰਪੁਰਬ 'ਤੇ ਫਿਰ ਹੋਰ ਤਰੱਕੀ ਕਰੋ ਕਿ ਮਹਾਰਾਜ ਦੇ ਅਰਥ ਪੜ੍ਹਨੇ ਆ ਸੰਪੂਰਨ ਅਗਲੇ 1 ਜਾਂ 2 ਗੁਰਪੁਰਬਾਂ ਤੱਕ, ਹੈ ਨਾ, ਫਿਰ ਫਾਇਦਾ ਨਹੀਂ ਤਾਂ ਮੁੜ ਮੁੜ ਕੇ ਵਧਾਈਆਂ ਪਾਈ ਜਾਓ, ਪੋਸਟਾਂ ਦੇਈ ਜਾਓ, ਕੋਈ ਖਾਸ ਫਾਇਦਾ ਨਹੀਂ ਗਾ ਉਹਦਾ, ਠੀਕ ਹੈ ਨਾ। ਉਹ ਤਾਂ ਇੱਕ ਬਸ ਰਸਮ ਜੀ ਬਣੀ ਆ, ਅਤੇ ਵੱਧ ਤੋਂ ਵੱਧ ਸਾਂਝੀ ਕਰਿਓ ਇਸ ਵੀਡੀਓ ਨੂੰ, ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਏ, ਜਦ ਤੱਕ ਆਪ ਨਹੀਂ ਜੁੜਾਂਗੇ ਨਹੀਂ ਅਸਲ ਵਿੱਚ ਸਿੱਖ ਕਹਾਉਣ ਦੇ ਹੱਕਦਾਰ ਨਹੀਂ ਹੈਗੇ। ਜਿਹੜਾ ਪੜ੍ਹੂਗਾ ਉਹਦੇ ਗੁਰੂ ਆ, ਤਾਂ ਸੁੱਕਾ ਮੱਥਾ ਹੀ ਟੇਕੀ ਜਾਂਦੇ, ਸਮਝਿਆ ਨਹੀਂ, ਉਹਦਾ ਭਲਾ ਤਾਂ ਹੋਊਗਾ ਮੱਥਾ ਟੇਕਣ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ, ਮੈਂ ਤਰਕਵਾਦੀ ਨਹੀਂ ਹਾਂ।
ਪਰ ਉਹ ਪੂਰਾ ਲਾਹਾ ਨਹੀਂ ਲੈ ਸਕੂਗਾ, ਉਹ ਜੀਵਨ 'ਚ ਅੱਗੇ ਨਹੀਂ, ਉਹ ਜੀਵਨ ਉਪਦੇਸ਼ 'ਤੇ ਚੱਲੂਗਾ ਕਿੱਦਾਂ ਜਿਹਨੂੰ ਪਤਾ ਹੀ ਨਹੀਂ ਕਿਹਾ ਕੀ ਮਹਾਰਾਜ ਨੇ। ਮੰਨ ਲਓ ਜੇ ਇਹਨੂੰ ਗੱਲ ਹੀ ਨਹੀਂ ਸੁਣੀ, ਉਹ ਮੰਨੂਗਾ ਉਸ ਗੱਲ ਨੂੰ ਕਿੱਦਾਂ ਜਿਹੜੀ ਉਹਦੇ ਕੰਨਾਂ ਤੱਕ ਨਹੀਂ ਪਹੁੰਚੀ। ਇਸ ਕਰਕੇ ਆਪ ਪੜ੍ਹੋ, ਹੋਰਾਂ ਨੂੰ ਵੀ ਪੜ੍ਹਾਓ, ਸਹਿਜ ਪਾਠ ਕਰੋ ਅਤੇ ਕਰਾਓ, ਮਰਿਆਦਾ ਨੂੰ ਪਹਿਲਾਂ ਪਰ ਜਾਣ ਲਓ, ਸਤਿਕਾਰ ਬਹੁਤ ਜ਼ਰੂਰੀ ਆ ਅੱਜ, ਹੈ ਨਾ। ਤੋ ਇੱਕ ਵਾਰ ਫਿਰ ਸਾਰਿਆਂ ਨੂੰ ਪਠਾਨਕੋਟ ਵਧਾਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੀਆਂ, ਸਾਰਿਆਂ ਨੂੰ ਗੁਰੂ ਸਾਹਿਬ ਗੁਰਬਾਣੀ ਦੀ ਨਾਮ ਬਾਣੀ ਨੇ ਇਤਨੇ ਵੀ ਦਾਤ ਬਖਸ਼ਣ। ਫਿਰ ਜਲਦੀ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।